ਹਾਂਜੀ ਅੱਜ ਜੀ ਅਸੀਂ ਜਿਹੜਾ ਆਪਣਾ 11 ਤਰੀਕ ਨੂੰ ਇੱਥੋਂ ਚੱਲੇ ਸੀਗੇ, 13 ਤਰੀਕ ਤੋਂ ਸਾਡਾ ਸ਼ੰਭੂ ਬਾਰਡਰ 'ਤੇ ਜਿਹੜਾ ਮੋਰਚਾ ਚੱਲ ਰਿਹਾ ਦੋ ਫੋਰਮਾਂ ਵੱਲੋਂ, KMM ਅਤੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ। ਉਹਦੇ ਵਿੱਚ ਅੱਜ ਅਸੀਂ ਫਿਰ ਇੱਥੇ ਆਪਣਾ ਮਾਝੇ ਦੇ ਵਿੱਚੋਂ ਕਾਫਲਾ ਲੈ ਕੇ ਫਿਰ ਰਵਾਨਾ ਹੋ ਰਹੇ ਹਾਂ, ਕਿਉਂਕਿ ਬਹੁਤ ਵੱਡੀ ਪੱਧਰ 'ਤੇ ਲੋਕਾਂ ਦਾ ਜਿਹੜਾ ਸਹਿਯੋਗ ਮਿਲ ਰਿਹਾ। ਉੱਥੇ ਵੀ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਪਿਛਲੇ 14-15 ਦਿਨਾਂ ਤੋਂ ਡਟੇ ਆ, ਅੱਜ ਫਿਰ ਦੁਬਾਰਾ ਜਿਹੜਾ ਸਾਡੇ ਅਜੇ ਪਿੱਛੇ ਆ ਰਹੀਆਂ ਟਰਾਲੀਆਂ ਤੁਰਦਿਆਂ ਲੇਟ ਹੋ ਗਈਆਂ। ਇਹ ਸਾਰਾ ਕਾਫਲਾ ਜਿਹੜਾ ਵਾ ਉੱਧਰ ਨੂੰ ਜਾ ਰਿਹਾ ਵਾ। ਬਹੁਤ ਵੱਡਾ ਰੁਝਾਨ ਪਿੰਡਾਂ ਦੇ ਵਿੱਚ ਲੋਕਾਂ ਵੱਲੋਂ ਵੱਡਾ ਹੰਕਾਰਾ, ਕਿਉਂਕਿ ਮੰਗਾਂ ਵੇਖੋ ਲੋਕਾਂ ਦੀਆਂ ਹੱਕ ਸੱਚ ਦੀਆਂ ਮੰਗਾਂ ਵਾ। ਜੇ ਖੇਤੀ ਕਾਨੂੰਨ ਦੀ ਗੱਲ ਕਰ ਲਈਏ, ਡਾਕਟਰ ਸਵਾਮੀਨਾਥਨ ਦੀ ਗੱਲ ਕਰ ਲਈਏ, ਬਿਜਲੀ ਜਿਹੜਾ ਸ਼ੋਧ ਬਿੱਲ ਉਹਨੂੰ ਰੱਦ ਕਰਨ ਦੀ, ਪ੍ਰਦੂਸ਼ਣ ਬੋਰਡ ਦਾ ਉਹ ਗੱਲ ਕਰ ਲਈਏ, ਮੰਗਾਂ ਸਾਰੀਆਂ ਜਿਹੜੀਆਂ ਕਿਸਾਨਾਂ ਦੀਆਂ, ਕਿਉਂਕਿ ਮੋਦੀ ਸਰਕਾਰ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਗਾੜੀ ਬੈਰੀਕੇਡ ਲਾ ਕੇ ਰੋਕਿਆ ਗਿਆ ਵਾ, ਉਹਦਾ ਖਿਲਾਫ ਲੋਕਾਂ ਦੇ ਵਿੱਚ ਬਹੁਤ ਗੁੱਸਾ ਰੋਸ ਆ, ਉਹਦੇ ਖਿਲਾਫ ਹੀ ਆ ਜਿਹੜਾ ਵੀ ਲੋਕ ਪਿੰਡਾਂ ਦੇ ਵਿੱਚੋਂ ਜਿਹੜਾ ਵਾ ਵੱਡੀ ਪੱਧਰ 'ਤੇ ਆ ਰਿਹਾ। ਅੱਜ ਫਿਰ ਅਸੀਂ ਦੁਬਾਰਾ ਇਹ ਕਾਫਲਾ ਲੈ ਕੇ ਉੱਥੇ ਸ਼ੰਭੂ ਬਾਰਡਰ 'ਤੇ ਜਾ ਰਹੇ ਹਾਂ। ਬੈਰੀਕੇਡ ਕਈ ਜਗ੍ਹਾ 'ਤੇ ਜਿਹੜਾ ਹੈਗਾ ਵਾ ਸਰਕਾਰ ਵੱਲੋਂ ਖੁੱਲ੍ਹੇ ਗਏ ਹੈਗੇ ਆ, ਰਾਸਤੇ ਖੁੱਲ੍ਹੇ ਗਏ ਹੈਗੇ ਆ, ਉਹਨੂੰ ਕਿਵੇਂ ਦੇਖਦੇ ਹੋ? ਉਹ ਵੇਖੋ ਜਿਹੜੇ ਜਿਹੜੇ ਰਾਸਤੇ ਖੁੱਲ੍ਹੇ ਗਏ ਉਹ ਕਮਜ਼ੋਰ ਹੋ ਰਿਹਾ ਜਾਂ ਨਹੀਂ? ਨਹੀਂ ਜੀ, ਮੋਰਚਾ ਚੜ੍ਹਦੀ ਕਲਾ ਨਾਲ ਜਾਰੀ ਆ, ਅੱਗੇ ਨਾਲੋਂ ਸਗੋਂ ਵੱਡਾ ਹੋਇਆ ਵਾ। ਉਹ ਜਿਹੜੇ ਬੈਰੀਕੇਡ ਪਾਸੇ ਕੀਤੇ ਗਏ ਉਹ ਸਰਕਾਰ ਜਿਹੜੇ ਪਹਿਲਾਂ ਦਿੱਲੀ ਦੇ ਘੇਰੇ ਘਰੇ ਆਲੇ ਦੁਆਲੇ ਲਾਏ ਸੀ, ਉਹ ਬੈਰੀਕੇਡ ਪਾਸੇ ਕੀਤੇ ਗਏ ਆਮ ਲੋਕਾਂ ਵਾਸਤੇ, ਜਿਹੜੇ ਕਿਸਾਨਾਂ ਨੂੰ ਟੱਕਣ ਲਈ ਉਹ ਜਿਹੜੇ ਬੈਰੀਕੇਡ ਉਹ ਪਹਿਲਾਂ ਦੀ ਤਰ੍ਹਾਂ ਅੱਜ ਵੀ ਜਾਰੀ ਆ। ਸਾਰੇ ਖਰੌਰੀ ਬਾਰਡਰ ਤੇ ਵੀ ਆ, ਸ਼ੰਭੂ ਵੀ ਆ, ਸਾਰੇ ਬਾਰਡਰਾਂ ਤੇ ਉਹ ਲਗਾਤਾਰ ਆ। ਇਹ ਦੂਜੇ ਲੋਕਾਂ ਨੂੰ ਆਮ ਦਿੱਲੀ ਦੇ ਆਸੇ ਪਾਸੇ ਉਹ ਥੋੜੇ ਜਿਹੇ ਪਾਸੇ ਕੀਤੇ ਆ, ਬਾਕੀ ਰੋਕਾਂ ਜਿਹੜੀ ਅੱਜ ਵੀ ਉਦਾਂ ਦੀਆਂ ਜਾਰੀ ਆ। ਤੇ ਲੋਕਾਂ ਦੇ ਵਿੱਚ ਇਹਦਾ ਗੁੱਸਾ ਵੀ ਆ, ਰੋਸ ਵੀ ਆ ਕਿ ਸਾਡਾ ਵੇਖੋ ਸਾਡਾ ਦੇਸ਼ ਆ, ਸਾਡੀਆਂ ਮੰਗਾਂ ਵਾ, ਸਾਨੂੰ ਹੱਕ ਮਿਲਿਆ ਸੰਵਿਧਾਨ ਦੇ ਵਿੱਚ, ਜਮਹੂਰੀ ਹੱਕ ਆ ਵੀ ਆਪਣੀਆਂ ਮੰਗਾਂ ਮਸਲੇ ਅਸੀਂ ਠਾ ਸਕਦੇ ਆ। ਤੇ ਸਾਡੀ ਲੋਕਾਂ ਦੀ ਆਮ ਹੱਕੀ ਮੰਗਾਂ ਨੂੰ ਦੱਬਣ ਦੀ ਖਾਤਰ ਇੰਨੇ ਬੈਰੀਕੇਡ ਲਾ ਕੇ, ਇੰਨੀਆਂ ਗੋਲੀਆਂ ਚਲਾ ਕੇ, ਜਿੱਥੇ ਸਾਡੀ ਨੌਜਵਾਨ ਸ਼ਹੀਦ ਹੋਏ ਆ, ਸਾਡੇ ਕਿਸਾਨ ਰੋਜ਼ ਉੱਥੇ ਸ਼ਹੀਦ ਹੋ ਰਹੇ ਆ, ਇਹ ਸਰਕਾਰ ਅਤਿਆਚਾਰ ਕਰ ਰਹੀ ਆ। ਅਸੀਂ ਅੱਜ ਵੀ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਮੰਗਾਂ ਲੋਕਾਂ ਦੀਆਂ, ਕਿਸਾਨਾਂ ਮਜ਼ਦੂਰਾਂ ਦੀਆਂ ਜਾਇਜ਼ ਆ, ਸਰਕਾਰ ਜਿਹੜੀਆਂ ਤੁਰੰਤ ਮੰਗਾਂ ਜਿਹੜੀਆਂ ਮੰਨੇ ਤੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਹੋਣ। ਜਿੰਨਾ ਚਿਰ ਸਰਕਾਰ ਮੰਗਾਂ ਨਹੀਂ ਮੰਨਦੀ ਇਹ ਮੋਰਚਾ ਦਿਨੋਂ ਦਿਨ ਹੋਰ ਤਗੜਾ ਹੋਊਗਾ। ਲੱਗਦਾ ਕੱਲ੍ਹ ਦੀ ਮੀਟਿੰਗ ਨੂੰ ਲੈ ਕੇ ਕੋਈ ਸਿੱਟ ਨਿਕਲਦਾ ਦੇਖਦਾ, ਕਿਉਂਕਿ ਪਹਿਲਾਂ ਵੀ ਹੋ ਚੁੱਕੇ ਜਿਹੜੀਆਂ ਮੀਟਿੰਗਾਂ। ਦੇਖੋ ਮੀਟਿੰਗਾਂ ਦਾ ਦੌਰ ਜਾਰੀ, ਕਿਉਂਕਿ ਮੀਟਿੰਗਾਂ ਨਾਲ ਗੱਲਬਾਤ ਹੋਲਾ, ਅਸੀਂ ਤੇ ਵੇਖੋ ਇਹ ਮੰਨਦੇ ਆ ਵੀ ਸਰਕਾਰ ਤੇ ਹੱਥ ਵਾਸਿਆ, ਜਦੋਂ ਵੀ ਸਾਡੀਆਂ ਮੰਗਾਂ ਹੱਲ ਕਰ ਦੂਗੀ। ਕੋਈ ਅਣਖ ਦਾ ਸਵਾਲ ਨਹੀਂ ਸਾਡਾ ਵੀ ਅਸੀਂ ਬੈਰੀਕੇਡ ਤੋੜਨੇ ਆ ਜਾਂ ਉੱਥੇ ਜਾ ਕੇ ਬਹਿਣਾ। ਜਦੋਂ ਮੰਗਾਂ ਮਸਲੇ ਹੱਲ ਕਰ ਦੂਗੀ, ਕਿਸਾਨ ਆਪਣੇ ਘਰਾਂ ਨੂੰ ਵਾਪਸ ਆ ਜਾਣਗੇ। ਹਾਂ, ਮੀਟਿੰਗ ਤੇ ਹਰ ਮੀਟਿੰਗ ਦੇ ਵਿੱਚ ਆਸਾਂ ਹੀ ਆ ਸਾਨੂੰ, ਤੇ ਅਸੀਂ ਤੇ ਆਸ ਬੰਨਦੇ ਆ ਵੀ ਸਰਕਾਰ ਇਸ ਮੀਟਿੰਗ 'ਚ ਹੱਲ ਕਰ ਦੇ, ਇਸ ਮੀਟਿੰਗ 'ਚ ਹੱਲ ਕਰ ਦੇ। ਇਹ ਹੁਣ ਸਰਕਾਰ ਆ, ਉਹਨੂੰ ਵੇਖਣਾ ਉਹਨੇ ਕਿ ਕਦੋਂ ਸਾਡੀਆਂ ਮੰਗਾਂ ਹੱਲ ਕਰਦੀਆਂ। ਸਾਰੀਆਂ ਮੰਗਾਂ ਸਾਡੀਆਂ ਜਿਹੜੀਆਂ ਵਾਜਬ ਆ, ਕੋਈ ਵੀ ਮੰਗ ਇਦਾਂ ਦੀ ਨਹੀਂ ਆ ਜਿਹੜੀ ਗੈਰ ਵਾਜਬ ਹੋਵੇ, ਬੜੇ ਲੰਬੇ ਸਮੇਂ ਤੋਂ ਲਟਕਦੀਆਂ ਆਉਂਦੀਆਂ ਵਾ। ਜਿੱਡੀ ਛੇਤੀ ਮੰਗਾਂ ਮਸਲੇ ਹੱਲ ਕਰ ਦੂਗੀ, ਲੋਕ ਆਪਣੇ ਘਰਾਂ ਨੂੰ ਮੋੜਨਗੇ। ਜੇ ਨਹੀਂ ਹੱਲ ਕਰਦੇ ਤੇ ਕਾਫਲੇ ਦਿਨੋਂ ਦਿਨ ਵੱਡੇ ਹੋਣਗੇ। ਆ ਬਿਲਕੁਲ ਬਿਲਕੁਲ, ਵੇਖੋ ਆ ਰੂਟੀਨ ਵਾਈਜ਼ ਆ, ਕਿਉਂਕਿ ਘਰਾਂ ਦੇ ਕੰਮ ਧੰਦੇ ਵੀ ਸਾਡੇ ਚੱਲਦੇ ਰਹਿਣਗੇ ਤੇ ਜਿਹੜੇ ਮੋਰਚਾ ਸਾਡਾ ਉਹਦੇ ਵਿੱਚ ਕੋਈ ਫਰਕ ਨਾ ਪਊਗਾ। ਇਸੇ ਤਰੀਕੇ ਦੇ ਨਾਲ ਜਿੱਦਾਂ ਪਹਿਲਾਂ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਲੜਿਆ, ਉਸੇ ਤਰੀਕੇ ਦੇ ਨਾਲ ਹੁਣ ਸ਼ੁਰੂਆਤ ਕਰਾਂਗੇ। ਹਾਲ ਦੀ ਘੜੀ ਤੇ ਜਿਹੜੇ ਸੀ ਵੀ ਅਜੇ ਉੱਥੇ ਰੁਕੇ ਸਾਂ ਵੀ ਜਿਹੜਾ ਵੇਖ ਲਈਏ ਸਰਕਾਰ ਕੀ ਕਰਦੀ ਆ। ਹੁਣ ਜੇ ਸਰਕਾਰ ਅਜੇ ਉਹਨੂੰ ਨਹੀਂ ਮੰਗਾਂ ਮਸਲੇ ਪਾਉਂਦੀ, ਉਹਨੂੰ ਲਟਕਾਉਂਦੀ ਆ, ਤੇ ਜਿਹੜੇ ਕਾਫਲੇ ਉਦਾਂ ਪਹਿਲੇ ਮੋਰਚੇ ਦੀ ਤਰ੍ਹਾਂ ਹੀ ਵੱਧ ਚੜ ਕੇ ਰੂਟੀਨ ਵਾਈਜ਼ ਜਾਣਗੇ, ਆਪਣੇ ਘਰਾਂ ਦੇ ਕੰਮ ਧੰਦੇ ਵੀ ਸਾਡੇ ਚੱਲਣਗੇ, ਤੇ ਉਹ ਜਿਹੜੇ ਮੋਰਚੇ ਸਾਡੇ ਉਹ ਵੀ ਦੇਰ ਰਾਤ ਜਿਹੜੇ ਹੋਰ ਵਧੇਰੇ ਹੋਣਗੇ। ਅੱਜ ਅਮਰਤ ਤਫਸੀਲ ਕਰ ਦਿਓ, ਕਿੰਨੇ ਕਿ ਜਿਹੜੇ ਹੈਗੇ ਆ ਜਿਹੜਾ ਕਿੰਨੇ ਕੁ ਵਿਅਕਤੀਆਂ ਦਾ ਜੱਥਾ ਜਾ ਰਿਹਾ ਅੱਜ ਜੀ? ਸਾਡਾ ਇਥੋਂ ਲਗਭਗ 50 ਕੁ ਸੱਦ ਜਿਹੜੇ ਆ ਇੱਥੇ ਪਹੁੰਚ ਗਏ ਆ, ਬਾਕੀ ਅਜੇ ਟਰਾਲੀਆਂ ਜਿਹੜੀਆਂ ਪਿੱਛੋਂ ਆ ਰਹੀਆਂ, ਕਿਉਂਕਿ ਟਰਾਲੀਆਂ ਦੇ ਬੰਦੇ ਇਕੱਠੇ ਕਰਦੇ ਆ, ਸਮਾਂ ਲੱਗ ਜਾਂਦਾ ਪਿੰਡਾਂ ਦੇ ਵਿੱਚੋਂ ਨਿਕਲਦੇ ਆ। ਉਹ ਜਿਹੜੇ ਕਾਫਲੇ ਅਜੇ ਲਗਭਗ 50 ਕੁ ਟਰਾਲੀਆਂ ਪਿੱਛੇ ਜਿਹੜੀਆਂ ਉਹ ਰਹਿ ਗਈਆਂ, ਉਹ ਵੀ ਆਉਂਦੀਆਂ ਵਾ। 100 ਕੁ ਦੇ ਲਗਭਗ ਜਿਹੜੇ ਸਾਡੇ ਇੱਥੇ ਸਾਧਰ ਹੋ ਜਾਣੇ ਆ, ਉਹ ਫਿਰ ਲੈ ਕੇ ਤੇ ਗਾਹ ਦਿੱਲੀ ਉਧਰ ਨੂੰ ਕੂਚ ਕਰਾਂਗੇ ਸ਼ੰਭੂ ਬਾਰਡਰ ਨੂੰ।